भारतीय किसान यूनियन लखोवाल नूं लग्गिया वड्डा झटका। जिला संगरूर दी लखोवाल यूनियन दी पूरी टीम ने यूनियन नूं दित्ता इस्तीफा। इसका कारण भारतीय किसान यूनियन लखोवाल दे अध्यक्ष दा बिना किसी तो पुछे बिना किसी नेता दी सलाह ले कल्ले ही मामले नूं कोर्ट च लिजाणा दस्सिया जा रहा है। जिहड़ा कल संगरूर इकाई ने रिजाइन करिया ਉਹ ਇਹਨਾਂ ਗੱਲਾਂ ਨੂੰ ਹੀ ਲੈ ਕੇ ਕਰਿਆ ਵੀ ਜਿਹੜੀਆਂ ਲੋਕ ਸਾਡੇ ਕੰਨੀ ਉਂਗਲਾਂ ਕਰਦੇ ਤੇ ਇਹ ਸੁਪਰੀਮ ਕੋਰਟ ਨਾਲ ਜਿਹੜੇ ਆਪ ਉਧਰੇ ਗਏ ਨੇ ਕਿਤੇ ਨਾ ਕਿਤੇ ਅਸੀਂ ਉਹਨਾਂ ਨੂੰ ਸੱਚੇ ਮੰਨ ਰਿਹਾ ਹੁਣ ਵੀ ਉਹ ਲੋਕ ਠੀਕ ਹੀ ਕਹਿ ਰਹੇ ਸੀਗੇ। ਉਹਨਾਂ ਨੇ ਸਾਡੇ ਏਕਾ ਹੋਇਆ ਸੀ ਇਕੱਥੇ 31 ਜਥੇਬੰਦੀਆਂ ਦਾ, ਉਹਨਾਂ ਨੇ ਕਿਸੇ ਜਥੇਬੰਦੀ ਨਾਲ ਕੋਈ ਸਲਾਹ ਨਹੀਂ ਕੀਤੀ। ਉਦੋਂ ਬਾਅਦ ਦੂਜੀ ਗੱਲ, ਸਾਡੇ ਸੰਗਰੂਰ ਜ਼ਿਲ੍ਹੇ ਦੀ ਕਿਸੇ ਪ੍ਰਧਾਨ ਨਾਲ ਕਿਸੇ ਮੀਤ ਪ੍ਰਧਾਨ ਨਾਲ ਜਰਨਲ ਸਿੰਘ ਕੋਈ ਸਲਾਹ ਨਹੀਂ ਕੀਤੀ, ਪੰਜਾਬ 'ਚ ਵੀ ਨਹੀਂ ਕੀਤੀ ਹੋਣੀ ਉਹਨਾਂ ਨੇ, ਮੈਂ ਵਿਸ਼ਵਾਸ ਦਿਵਾਉਣਾ ਆਪਣੀ ਮਰਜ਼ੀ ਕੀਤੀ ਹੈ ਹਰਿੰਦਰ ਸਿੰਘ ਲਖੋਵਾਲ ਨੇ। ਜਿਹੜੀ ਤਾਲਮੇਲ ਇੱਕ ਵਾਰੀ ਬਣਾ ਲਿਆ ਉਹਦੇ ਵਿੱਚ ਸਹਿਮਤੀ ਰੱਖੇ, ਉਹਨਾਂ ਦੀ ਸਹਿਮਤੀ ਨਾਲ ਹੀ ਕੰਮ ਕਰੇ, ਇਕੱਲਾ ਕੋਈ ਫੈਸਲਾ ਨਾ ਲਵੇ। ਇਹ ਘੋਲ ਨੇ ਜਿਹੜੇ ਜਿੱਤ ਵਾਸਤੇ ਲਿਜਾਣ ਵਾਸਤੇ ਇਸੇ ਗੱਲ ਦੀ ਮੰਗ ਕਰਦੇ ਨੇ, ਇਕੱਲਾ ਕੋਈ ਫੈਸਲਾ ਨਾ ਲਵੇ, ਸਮੁੱਚੇ ਤੌਰ 'ਤੇ ਸਾਰੀਆਂ ਜਥੇਬੰਦੀਆਂ ਬਹਿ ਕੇ ਉਹਨਾਂ ਦੇ ਲੀਡਰ ਬੈਠਣ, ਸੋਚ ਸਮਝ ਕੇ ਫੈਸਲਾ ਲੈਣ। ਹੱਕ ਤੇ ਸੱਚ ਦੀ ਖਬਰ ਲਈ ਲਾਈਕ ਤੇ ਸਬਸਕ੍ਰਾਈਬ ਕਰੋ ਪੰਜਾਬ ਦਾ ਨੰਬਰ 1 ਡਿਜੀਟਲ ਨਿਊਜ਼ ਚੈਨਲ ਦ ਫੈਕਟ ਨਿਊਜ਼।